ਨੇ ਮੁਸਲਮਾਨਾਂ ਵਿੱਚ ਸਭ ਤੋਂ ਪਹਿਲੇ ਬੜੀ ਵੱਡੀ ਖਾਸੀਅਤ ਹੈ ਉਹਨਾਂ ਦੇ ਰਾਜਿਆਂ ਦੀ ਬਾਦਸ਼ਾਹਾਂ ਦੀ ਕਿ ਇਹ ਮੁਸਲਮਾਨ ਬਾਦਸ਼ਾਹ ਦੀ ਕਰਾਮਾਤ ਦੇਖ ਲੈਣ ਫਿਰ ਇਹ ਬੜੇ ਖੁਸ਼ ਹੋ ਜਾਂਦੇ ਕਰਾਮਾਤ ਦੇਖ ਕੇ ਸਿਰ ਝੁਕਾਉਂਦੇ ਤੇ ਜੇ ਕਰਾਮਾਤ ਕੋਈ ਨਾ ਦਿਖਾਵੇ ਫਿਰ ਅੱਤ ਦਰਜੇ ਦਾ ਜ਼ੁਲਮ ਕਰਦਾ ਬਾਬੇ ਰਾਮ ਰਾਏ ਨੇ ਕਰਾਮਾਤ ਦਿਖਾਈ ਦੇਹਰਾਦੂਨ ਦਾ ਇਲਾਕਾ ਜਿਹੜਾ ਸਾਰਾ ਦੂਨ ਦਾ ਇਲਾਕਾ ਰਮਜੀਵ ਨੇ ਉਹਨਾਂ ਨੂੰ ਜਿਹੜੀ ਹੈ ਪ੍ਰਾਪਰਟੀ ਦੇ ਕੇ ਜਾਇ ਜ਼ਮੀਰਾਂ ਦੇ ਕੇ ਪਰ ਇੰਨੀ ਛੋਟੀ ਮੱਤ ਦੇਖ ਕੇ ਹੈਰਾਨ ਹੋ ਜਾਈਦਾ ਹੈ ਕਿ ਬਾਬਾ ਰਾਮ ਰਾਏ ਸਨ ਜਿਹੜੇ ਉਹ ਗੁਰੂ ਕੇ ਸਾਹਿਬਜ਼ਾਦੇ ਸਨ ਗੁਰੂ ਘਰ ਰਾਏ ਸਾਹਿਬ ਉਹਨਾਂ ਨੇ ਸਾਰੀ ਤਾਕਤ ਹੈ ਜਿਹੜੀ ਉਹ ਗੁਰੂਆਂ ਤੋਂ ਲਈ ਗੁਰੂ ਸੋਮਾ ਸਨ ਸੁੰਦਰ ਸਨ ਬਾਦਸ਼ਾਹ ਦੀ ਮੱਤ ਰੰਗਦੇਵ ਦੀ ਇੰਨੀ ਛੋਟੀ ਕਿ ਗੁਰੂ ਕੇ ਸਾਹਿਬਜ਼ਾਦੇ ਦੇ ਅੰਦਰ ਜੇ ਇੰਨੀ ਤਾਕਤ ਹੈ ਗੁਰੂ ਦੇ ਅੰਦਰ ਕਿੰਨੀ ਤਾਕਤ ਹੋਵੇ ਜੇ ਗੁਰੂ ਨੇ ਤਾਕਤ ਦਿਖਾਈ ਨਹੀਂ ਉਹ ਵੱਖਰੀ ਗੱਲ ਹੈ ਤੇ ਗੁਰੂ ਨੇ ਤਾਕਤ ਦਿਖਾਈ ਨਹੀਂ ਤੇ ਉਸ ਨੂੰ ਇੰਨਾ ਜ਼ੁਲਮ ਕੀਤਾ ਗਿਆ ਇੰਨਾ ਪਾਪ ਕੀਤਾ ਗਿਆ ਇਹ ਹੈਰਾਨੀ ਦੀ ਗੱਲ ਹੈ ਕਿੰਨੀ ਛੋਟੀ ਮੱਤ ਰੰਗਦੇਵ ਸੋ ਮਿਰਤੁਰ ਕਠਨਾ ਤੇ ਆਦ ਬਾਕੇ ਸੁਣ ਕਰ ਲੋਕਾਂ ਅਲ ਕੁਟੁੰਬਾਂ ਦੇ ਉਹ ਗੁਰ ਮੋਕਾ ਹੋ ਇਹਨਾਂ ਵਾਹਨ ਜਵਾਂ ਦਾ ਕਾਰਾ ਵੈਸਾ ਹੈ ਉਹ ਸਾਰਾ ਖਿਆਸ ਦੁਹਰਾ ਰਹੇ ਹਨ ਭਾਈ ਗੁਰੂ ਸਿੰਘ ਜੀ ਕਿ ਕਿਵੇਂ ਸੰਤੂ ਜੀ ਨੇ ਇਹ ਸੀਸ ਹੈ ਜਿਹੜਾ ਤੇਜਣ ਦੇ ਲਈ ਨਾਲ ਮੁੱਢ ਵਿੱਚ ਭੇਜ ਦਿੱਤਾ ਸੋ ਜਦੋਂ ਇਹ ਸੀਸ ਲੈ ਕੇ ਸੰਤੂ ਦੇ ਗੰਭੀਰ ਵਿੱਚ ਹਾਜ਼ਰ ਹੋਏ ਮਹਾਰਾਜ ਨੇ ਪਾਲਕੀ ਲੈ ਕੇ ਪਹਿਲਾਂ ਘੋੜ ਸਵਾਰ ਭੇਜੇ ਸੀ ਲੋਕ ਜਦੋਂ ਵੀ ਸੀਸ ਆਉਂਦਾ ਹੈ ਤਾਂ ਸਾਨੂੰ ਫਟਾਫਟ ਸੂਚਨਾ ਦੇ ਦਿੱਤੀ ਜਾਵੇ ਘੋੜ ਸਵਾਰ ਹਨ ਦਿੱਲੀ ਵਾਲੇ ਰਸਤੇ ਤੇ ਚਲੇ ਗਏ ਤੇ ਜਿਸ ਵਕਤ ਸਾਹਿਬ ਸਤਿਗੁਰੂ ਜੀ ਦੀ ਸ਼ਹੀਦੀ ਹੋਈ ਹੈ ਸਤਿਗੁਰੂ ਨੇ ਸੀਸ ਕੁਰਬਾਨੀ ਦੇ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਸਾਹਿਬ ਦੇ ਵਿੱਚ ਪਲੰਘ ਤੇ ਸਵਾਰ ਪਲੰਘ ਦੇ ਉੱਤੇ ਬੈਠੇ ਸਨ ਪਏ ਸਨ ਆਰਾਮ ਕਰ ਰਹੇ ਸਨ ਤੇ ਜਦੋਂ ਸ਼ਹੀਦੀ ਉੱਥੇ ਹੋਈ ਹੈ ਕਿ ਮਹਾਰਾਜ ਪਲੰਘ ਤੋਂ ਉੱਠ ਕੇ ਥੱਲੇ ਆ ਉਸੇ ਵਕਤ ਤੇ ਗੁਰੂ ਪਾਤਸ਼ਾਹ ਨੂੰ ਉਸੇ ਵਕਤ ਪਤਾ ਲੱਗਾ ਕਿ ਪਿਤਾ ਸ਼ਹੀਦੀ ਹੈ ਜਿਹੜੀ ਦੇਹ ਹੈ ਜਿਹੜੀ ਉਹ ਛੱਡ ਗਏ ਮਾਤਾਵਾਂ ਨੇ ਆ ਕੇ ਪੁੱਛਿਆ ਵੀ ਕੀ ਗੱਲ ਹੋ ਗਈ ਮਹਾਰਾਜ ਬਿਲਕੁਲ ਚੁੱਪ ਤੇ ਘੋੜ ਸਵਾਰ ਸਨ ਜਿਹੜੇ ਉਹ ਬਾਹਰ ਚਲੇ ਗਏ ਤੇ ਉੱਥੋਂ ਸਿੱਖ ਵੀ ਸਨ ਜਿਹੜੇ ਬਗੜੇ ਚਲੇ ਗਏ ਹੁਣ ਇਹ ਖਬਰ ਪਹੁੰਚੇ ਨਹੀਂ ਕੋਈ ਖਬਰ ਦਿੱਲੀ ਦੇ ਵਿੱਚੋਂ ਆ ਕੇ ਜ਼ਰੂਰ ਜਾਣੀ ਜਾਂ ਤਾਂ ਸਭ ਤੋਂ ਪਤਾ ਲੱਗ ਗਿਆ ਘੋੜ ਸਵਾਰਾਂ ਨੇ ਆ ਕੇ ਤੌਰ ਦੇ ਦਿੱਤੀ ਮਹਾਰਾਜ ਨੇ ਬੜੀ ਸੁੰਦਰ ਪਾਲਕੀ ਬਣਾ ਕੇ ਮਹਾਰਾਜ ਦਾ ਸੀਸ ਲੈਣ ਦੇ ਲਈ ਸਿੰਘਾਂ ਦੇ ਉੱਤੇ ਭੇਜ ਦਿੱਤੇ ਸੋ ਅਬਦ ਹੋਤ ਕੀ ਅਬਦ ਤੇ ਕੀ ਅਬਦ ਵਗਿਆ ਲਹੀ ਸਹਾਰ ਸਾਰਾ ਸਿੱਖ ਜਗ ਕੀ ਮੁਸਲਮਾਨ ਸਾਰੇ ਫਕੀਰ ਉਹ ਕਹਿੰਦੇ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧੀਰਜ ਦੀ ਹੱਦ ਦਿਖਾ ਦਿੱਤੀ ਇਹਨਾਂ ਧੀਰਜ ਨੂੰ ਕਿਸੇ ਫਕੀਰ ਦੇ ਵਿੱਚ ਨਹੀਂ ਦੇਖਿਆ ਸੋ ਔਰ ਪ੍ਰਤਾਪ ਇੰਨਾ ਪ੍ਰਤਾਪ ਹੁੰਦੇ ਹੋਏ ਗੁਰੂ ਪਾਤਸ਼ਾਹ ਨੇ ਫਿਰ ਵੀ ਸ਼ਹੀਦੀ ਦੇਣੀ ਸ਼ਹੀਦੀ ਨੂੰ ਤਰਜੀਹ ਦਿੱਤੀ ਅਬਦ ਔਜ ਕੀ ਅਬਦ ਧੀਰ ਕੀ ਅਬਦ ਅਵਗਿਆ ਨਹੀਂ ਸਹਾਰ ਅਵਗਿਆ ਤੋਂ ਭਾਵ ਹੈ ਕਿ ਗੁਰੂ ਰੂਪ ਹੁੰਦੇ ਹੋਏ ਸੰਸਾਰ ਦੇ ਵਿੱਚ ਧਰਤੀ ਦੇ ਉੱਤੇ ਗੁਰੂ ਰੂਪ ਵਿਚਰਦੇ ਹੋਏ ਇੱਕ ਤੁਛ ਨਿਕਾ ਜਿਹਾ ਦੇਸ਼ ਦਾ ਬਾਦਸ਼ਾਹ ਹਿੰਦੁਸਤਾਨ ਦਾ ਉਹਨੇ ਅਵਗਿਆ ਕੀਤੀ ਜ਼ਮੀਨ ਦੀ ਕਬੋਲ ਬੋਲੇ ਬੇਨਤੀ ਕੀਤੀ ਇੱਡੀ ਤਾਕਤ ਹੁੰਦੇ ਹੋਏ ਇਹ ਅਵਗਿਆ ਸਹਾਰ ਲੈਣੀ ਇਹ ਅਵਗਿਆ ਦੇ ਵੀ ਹੱਦ ਕਰ ਦਿੱਤੀ ਮਹਾਰਾਜ ਅਵਗਿਆ ਸਹਾਰਨ ਦੀ ਹੱਦ ਕਰ ਦਿੱਤੀ ਤੇ ਜੋ ਜ਼ੁਲਮ ਆਪ ਜੀ ਤੇ ਹੋਇਆ ਉਸ ਧੀਰਜ ਦੀ ਹੱਦ ਦਿਖਾ ਦਿੱਤੀ ਔਰ ਕਹਿੰਦੇ ਨੇ ਪ੍ਰਤਾਪ ਨੂੰ ਇੰਨਾ ਪ੍ਰਤਾਪ ਹੁੰਦੇ ਹੋਏ ਕਿਸੇ ਕੋਲ ਥੋੜ੍ਹਾ ਜਿਹਾ ਪ੍ਰਤਾਪ ਹੋਵੇ ਅਗਲਾ ਹੈਰਾਨ ਦਾ ਕੋਈ ਬੇਨਤੀ ਸਾਰਦਾ ਨਹੀਂ ਇੰਨਾ ਪ੍ਰਤਾਪ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹ ਪ੍ਰਤਾਪ ਨੂੰ ਵੀ ਸਹਾਰ ਕੇ ਹੱਦ ਦਰਸਾ ਦਿੱਤੀ ਕਿ ਦੁਨੀਆਂ ਦੇ ਜਿੰਨੇ ਮੁਸਲਮਾਨ ਹਿੰਦੂ ਵੀ ਸਾਰੇ ਹਾਹਾਕਾਰ ਕਰਦੇ ਹਨ ਕਿ ਹੁਣ ਇਸ ਰਾਜ ਦੀਆਂ ਜੜ੍ਹਾਂ ਹਨ ਜਿਹੜੀਆਂ ਸਾਰੇ ਸੰਸਦ ਨਾਸ ਹੋ ਜਾਵੇਗਾ ਜਿੱਥੇ ਇੰਨਾ ਪਾਪ ਔਰ ਜੁਰਮ ਵੱਧ ਜਾਵੇਗਾ ਤੋ ਮੈਨੂੰ ਕੌਣ ਕਰੇ ਅਸਕਾਰ ਜਿੰਦ ਧਰਮ ਕੋ ਧਰ ਕਰ ਪਾਰ ਕਰੋ ਸੋ ਭਰੀ ਤਰਕ ਕੋ ਕਿਮ ਕਰ ਹਮ ਕੋ ਦਰਸ਼ਨ ਪਿਆਸ ਪਦਾਰ ਇੱਕ ਸਮ ਲੋਕ ਪ੍ਰਲੋਕ ਆਨੰਦ ਪਰ ਪਾਲੋ ਸਭ ਕੇ ਦਾਤਾ ਹੈ ਕਿ ਤੇ ਮਾਦਰ ਮਹਾਰਾਜ ਤੁਸਾਂ ਨੇ ਧਰਤੀ ਤੇ ਆ ਕੇ ਗਰੀਬਾਂ ਨੂੰ ਇੱਕ ਸਮ ਮੁਸਲਮਾਨ ਹਿੰਦੂ ਸਿੱਖ ਸਭਨਾਂ ਨੂੰ ਇੱਕ ਸਮ ਪ੍ਰਤਪਾਲਿਆ ਸਭਨਾਂ ਨੂੰ ਆਨੰਦ ਦਿੱਤਾ ਸਭਨਾਂ ਦੀਆਂ ਇਛਾਵਾਂ ਪੂਰੀਆਂ ਕੀਤੀਆਂ ਮਾਤਾ ਨਾਨਕੀ ਰੁਤ ਬਿਰਲਾਪਤ ਜਦਾ ਸੁਸ ਮੇਰੇ ਕੱਪ ਕੀ ਮਾਤਾ ਨਾਨਕੀ ਸਭ ਜਿਹੜੇ ਉਹ ਅਫਸੋਸ ਦੇ ਵਿੱਚ ਸ਼ੋਕ ਦੇ ਵਿੱਚ
ਦਾ ਜਦੋਂ ਪਤਾ ਲੱਗਿਆ ਤਾਂ ਉਹ ਕਹਿਣ ਲੱਗੇ ਵੀ ਜਿਹਨੇ ਮੇਰੇ ਸਹੁਰੇ ਸਹੁਰਿਆਂ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਨੇ ਜੋ ਸ਼ਹੀਦੀ ਦਾ ਜਾਮ ਪੀਤਾ ਅਤੇ ਮੇਰਾ ਪੁੱਤਰ ਗੁਰੂ ਤੇਗ ਬਹਾਦਰ ਉਵੇਂ ਹੀ ਇਹ ਸ਼ਹੀਦੀ ਦਾ ਜਾਮ ਪੀ ਗਿਆ ਸ਼ਹੀਦ ਹੋ ਕੇ ਬਿਲਕੁਲ ਉਵੇਂ ਕਰ ਗਿਆ ਜਿਵੇਂ ਪਿਤਾ ਮਾਂ ਨੇ ਕੀਤਾ ਸੋ ਅਜੁੱਟ ਨਹੀਂ ਜਨਾਬ ਸਹਾਰੇ ਤਨ ਪਰ ਮਾਤਾ ਜੀਤੋ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਵਾਲ ਕੀਤਾ ਸੀ ਜਦੋਂ ਮਾਤਾ ਜੀ ਨੇ ਅਰਦਾਸ ਕੀਤੀ ਮਹਾਰਾਜ ਅੱਗੇ ਸਾਰੀ ਸਿੱਖ ਸੰਗਤ ਆਪਣੇ ਚਰਨਾਂ 'ਤੇ ਆਉਂਦੀ ਹੈ ਗੁਰਸਿੱਖੀ ਦਾ ਦਾਨ ਬਖਸ਼ ਦਿਓ ਮੈਨੂੰ ਵੀ ਬਖਸ਼ੋ ਸੋ ਮਹਾਰਾਜ ਨੇ ਮੂਲ ਮੰਤਰ ਦਾ ਅਭਿਆਸ ਕਰਨਾ ਸਾਰਾ ਜਿਹੜਾ ਉਦੇਸ਼ ਹੈ ਮਾਤਾ ਜੀ ਨੂੰ ਸਿਖਾ ਦਿੱਤਾ ਗਾਉਣ ਤੋਂ ਉਪਰੰਤ ਜਦੋਂ ਉਸ ਅਵਸਥਾ 'ਤੇ ਪਹੁੰਚ ਗਏ ਮਾਤਾ ਜੀਤੋ ਜੀ ਤਾਂ ਅੱਗੇ ਆ ਕੇ ਫਿਰ ਚਰਨ ਦੇ ਨਮਸਕਾਰ ਗੁਰੂ ਪ੍ਰਤੀ ਇਹ ਦਾਨ ਪ੍ਰਾਪਤ ਹੋ ਗਿਆ ਅਤੇ ਹੁਣ ਅੱਗੋਂ ਦੱਸੋ ਮਹਾਰਾਜ ਨੇ ਅੱਗੇ ਹੋਰ ਅਭਿਆਸ ਮਾਤਾ ਜੀ ਕਰਦੇ ਗਏ ਅਤੇ ਇੱਕ ਦਿਨ ਅਭਿਆਸ ਕਰਦੇ ਕਰਦੇ ਐਸੀ ਅਵਸਥਾ ਆਈ ਇਹ ਅਭਿਆਸੀ ਨਾਲ ਹਰੇਕ ਨਾਲ ਹੁੰਦਾ ਹੈ ਹਰੇਕ ਅਭਿਆਸੀ ਨਾਲ ਹੁੰਦਾ ਜੇ ਕੋਈ ਸ਼ੌਕ ਦੇ ਨਾਲ ਲੱਗਿਆ ਰਹੇ ਚਾਹ ਦੇ ਨਾਲ ਲੱਗਿਆ ਰਹੇ ਆਪਾਂ ਥੋੜ੍ਹਾ ਚਿਰ ਦੇਖ ਕੇ ਚੁੱਪ ਕਰ ਜਾਂਦੇ ਹਾਂ ਮਤਲਬ ਕਈ ਵਾਰ ਇਹ ਕਈਆਂ ਦੇ ਨਾਲ ਗੱਲ ਵਾਪਰਦੀ ਹੈ ਇਹ ਮਨੁੱਖ ਹੈ ਜਿਹੜਾ ਜਦੋਂ ਨਵਾਂ ਨਵਾਂ ਇੱਥੋਂ ਕਥਾ ਸੁਣਦਾ ਕੀਰਤਨ ਸੁਣਦਾ ਪਾਠ ਕਰਨ ਦਾ ਬਾਣੀ ਪੜ੍ਹਨ ਦਾ ਚਾਅ ਪੈਦਾ ਹੁੰਦਾ ਪਰ ਮਨ ਦੇ ਵਿੱਚ ਖਿਆਲ ਭੈੜੇ ਉਦੋਂ ਵੀ ਜ਼ਿਆਦਾ ਆਉਣ ਲੱਗ ਜਾਂਦੇ ਨਹੀਂ ਹਾਲਤ ਕਹੀ ਕਿ ਕਿਉਂ ਆਉਣ ਲੱਗ ਗਈ ਅਤੇ ਜੇ ਤਾਂ ਲੱਗਿਆ ਰਹੇ ਫਿਰ ਤਾਂ ਹਟ ਜਾਂਦੇ ਕਿਉਂਕਿ ਬਾਣੀ ਹੈ ਜਿਹੜੀ ਪਹਿਲਾਂ ਜਿੰਨੀਆਂ ਮੰਦੀਆਂ ਵਾਸ਼ਨਾਵਾਂ ਨੂੰ ਜ਼ਖਮ ਕਰਦੀਆਂ ਨੇ ਸਾਡੇ ਰੂਹ ਦੇ ਉੱਤੇ ਸਾਡੇ ਸਰੀਰ ਦੇ ਉੱਤੇ ਉਹਨਾਂ ਵਾਸ਼ਨਾਵਾਂ ਨੂੰ ਪਰੇ ਕਰਦੇ ਜਿੰਨਾ ਕੋਈ ਪਾਠ ਕਰਦਾ ਜਿੰਨੇ ਆਪਾਂ ਮੱਥਾ ਵੀ ਟੇਕਣ ਆਉਂਦੇ ਹਾਂ ਮੱਥਾ ਟੇਕਣ ਵਾਲੇ ਦੇ ਆਲੇ ਦੁਆਲੇ ਜਿੰਨੇ ਵਿਘਨ ਹੁੰਦੇ ਹਨ ਬਿਮਾਰੀਆਂ ਹੁੰਦੀਆਂ ਹਨ ਦੁੱਖ ਹੁੰਦੇ ਹਨ ਉਹ ਦੂਰ ਹੁੰਦੇ ਆਪਾਂ ਨੂੰ ਨਹੀਂ ਪਤਾ ਲੱਗਦਾ ਹੈ ਇਹ ਅਭਿਆਸ ਕਰੇ ਤੇ ਮਨੁੱਖ ਨੂੰ ਪਤਾ ਲੱਗਦਾ ਪਰ ਜਿਉਂ ਜਿਉਂ ਲਗਾਤਾਰ ਲੱਗਿਆ ਰਹੇ ਫਿਰ ਜਦੋਂ ਇਹ ਵਾਸ਼ਨਾਵਾਂ ਦੂਰ ਹੋ ਜਾਂਦੀਆਂ ਨੇ ਤੇ ਬੰਦੇ ਸੁਧੀ ਹੋ ਜਾਂਦੇ ਨੇ ਪਾਪ ਕਰਦਾ ਰਹੇ ਮੈਂ ਮਾੜੇ ਕੰਮ ਕਰਦਾ ਮਾੜੇ ਚੰਗੇ ਦਾ ਪਤਾ ਲੱਗਦਾ ਫਿਰ ਪਾਪ ਤੋਂ ਬਚਦਾ ਚੰਗਿਆਂ ਦੀ ਸੰਗਤ ਕਰਦਾ ਜਦੋਂ ਹੋਰ ਤਰੱਕੀ ਹੁੰਦੀ ਹੈ ਫਿਰ ਸਾਧ ਸੰਗਤ ਮਨੁੱਖ ਨੂੰ ਜਿਹੜੀ ਸ਼ਕਤੀ ਹੈ ਨਾ ਵਾਹਿਗੁਰੂ ਦੀ ਸ਼ਕਤੀ ਆਪਾਂ ਪੜ੍ਹਦੇ ਹਾਂ ਮਤਲਬ ਵੀ ਓਂਕਾਰ ਵਾਹਿਗੁਰੂ ਵਾਹਿਗੁਰੂ ਸਾਰਿਆਂ ਦੇ ਵਿੱਚ ਮਾੜਿਆਂ ਦੇ ਵਿੱਚ ਵੀ ਚੰਗਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਫਿਰ ਉਹ ਸ਼ਕਤੀ ਹੈ ਜਿਹੜੀ ਸਾਰਿਆਂ ਦੇ ਵਿੱਚ ਮਹਿਸੂਸ ਹੋਣ ਲੱਗਦੀ ਹੈ ਸ਼ਕਤੀ ਹੈ ਜਿਹੜੀ ਉਹ ਵਾਹਿਗੁਰੂ ਦਾ ਦਾਤਾਂ ਹਨ ਜਿਹੜੀਆਂ ਉਹ ਕੋਲ ਮਹਿਸੂਸ ਕਰਦਾ ਉਹਦੇ ਨਾਲ ਵਿਘਨ ਦੂਰ ਹੁੰਦੇ ਮਤਲਬ ਜਦੋਂ ਵਿਘਨ ਆਉਂਦਾ ਤਾਂ ਫਿਰ ਅਰਦਾਸ ਕਰਦਾ ਅਰਦਾਸ ਦੇ ਨਾਲ ਦੁੱਖ ਦੂਰ ਹੁੰਦੇ ਇਹ ਕੋਈ ਛੇਤੀ ਆਉਣ ਵਾਲੀ ਗੱਲ ਨਹੀਂ ਪਰ ਜਿਹੜਾ ਸ਼ੌਕ ਨਾਲ ਲੱਗਿਆ ਕਈ ਬੰਦੇ ਸੋਚਣਗੇ ਵੀ ਸਾਡਾ ਰੁੱਖ ਨਹੀਂ ਚੱਕਣਾ ਵੀ ਸਾਨੂੰ ਇਹ ਕਿਵੇਂ ਪ੍ਰਾਪਤ ਹੋ ਜਿਹੜੀ ਜਿਹੜਾ ਬੰਦਾ ਸਾਧ ਸੰਗਤ ਲੱਗਿਆ ਚਾਹੇ ਆਪਾਂ ਛਕਿਆ ਚਾਹੇ ਨਹੀਂ ਛਕਿਆ ਚਾਹੇ ਸ਼ਰਾਬ ਪੀਂਦਾ ਚਾਹੇ ਨਹੀਂ ਪੀਂਦਾ ਕੋਈ ਵੀ ਬੰਦਾ ਪਾਠ ਕਰਦਾ ਉਹਨੂੰ ਸੁੱਖ ਮਿਲਣਾ ਹੀ ਬਾਣੀ ਦਾ ਸੁਭਾਅ ਭਲਾ ਕਰਨਾ ਬਾਣੀ ਦਾ ਸੁਭਾਅ ਦਾਨ ਦੇਣਾ ਜਿਹੜੀ ਚੰਗੀ ਚੀਜ਼ ਹੈ ਦਾਨ ਦੇਣਾ ਹੀ ਦੇਣਾ ਜੇ ਕਿਸੇ ਦੇ ਹਿਰਦੇ ਦੇ ਅੰਦਰ ਟਿਕਣ ਲੱਗ ਜਾਵੇ ਵੱਸ ਜਾਵੇ ਮਾੜੀ ਚੀਜ਼ ਦੀ ਹੱਦ ਹੈ ਬਾਣੀ ਅਨਹੱਦ ਹੱਦ ਵਾਲੀ ਚੀਜ਼ ਖਤਮ ਹੋ ਜਾਂਦੀ ਹੈ ਅਨਹੱਦ ਚੀਜ਼ ਵੀ ਸਦਾ ਰਹਿੰਦੀ ਹੈ ਬਾਣੀ ਸਦਾ ਰਹਿੰਦੀ ਹੈ ਜਿਹਨੇ ਜਿਹਨੇ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ ਨਮਸਕਾਰ ਉਹਦੇ ਹਿਰਦੇ ਦੇ ਅੰਦਰ ਵਾਸ ਕਰੇਗੀ ਉਹਦੇ ਰੋਗ ਦੂਰ ਕਰੇਗੀ ਉਹਦੇ ਦੁੱਖ ਦੂਰ ਕਰੇਗੀ ਤੇ ਹੌਲੀ ਹੌਲੀ ਉਹਦੇ ਉਹਨੂੰ ਇਹ ਮੁਕਤੀ ਦੀ ਅਵਸਥਾ ਦੇ ਵਿੱਚ ਲੈ ਜਾਂਦਾ ਮੁਕਤੀ ਦੀ ਅਵਸਥਾ ਤਾਂ ਪ੍ਰਾਪਤ ਹੁੰਦੀ ਹੈ ਫਿਰ ਚਾਹ ਪੈਦਾ ਕਰਦਾ ਗੁਰੂ ਚਾਹ ਪੈਦਾ ਕਰਦਾ ਸੁਣਨਾ ਪੈਦਾ ਕਰਦਾ ਫਿਰ ਗੁਰਦੁਆਰਾ ਬਣ ਕੇ ਉਹ ਜ਼ਿੰਦਗੀ ਹੋ ਗਈ ਸੋ ਇਹ ਅਵਸਥਾ ਹੌਲੀ ਹੌਲੀ ਬਣਦੀ ਹੈ ਸੋ ਜਿਉਂ ਜਿਉਂ ਲੱਗਿਆ ਰਹਿੰਦਾ ਤਿਉਂ ਤਿਉਂ ਇਹ ਦੂਰ ਹੁੰਦੇ ਜਾਂਦੇ ਸੋ ਮਾਤਾ ਜੀ ਸਾਹਿਬ ਜਿਹੜੇ ਉਹਨਾਂ ਦੀ ਇਹ ਅਵਸਥਾ ਬਣ ਗਈ ਬਈ ਇੱਕ ਦਿਨ ਜਦੋਂ ਪਾਠ ਕਰਨ ਬੈਠੇ ਨਾ ਤਾਂ ਜਦੋਂ ਜਿੱਤ ਜੋੜਿਆ ਤਾਂ ਜੋੜ ਕੇ ਬੈਠੇ ਹੀ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਉਸ ਅਵਸਥਾ ਦੇ ਮਨ ਚਲੇ ਗਿਆ ਵੀ ਅਨੰਦਪੁਰ ਦਾ ਜੰਗ ਸ਼ੁਰੂ ਹੋ ਗਿਆ ਜਦੋਂ ਦੇਖਿਆ ਅਨੰਦਪੁਰ ਦੇ ਜੰਗ ਦੇ ਵਿੱਚ ਸਾਰਾ ਕੁਝ ਉਜੜਨਾ ਪੈ ਗਿਆ ਅਨੰਦਪੁਰ ਦੇ ਵਿੱਚ ਸਾਰੇ ਸਿੱਖ ਹੋਏ ਜਿਹੜੇ ਸ਼ਹੀਦ ਹੋਣੇ ਸ਼ੁਰੂ ਹੋ ਗਏ ਸਿੱਖ ਮਰਨੇ ਸ਼ੁਰੂ ਹੋ ਗਏ ਤੇ ਅਨੰਦਪੁਰ ਤੋਂ ਬਾਹਰ ਜੰਗ ਹੋਇਆ ਚਮਕੌਰ ਦੀ ਜੰਗ ਸ਼ੁਰੂ ਹੋ ਗਈ ਉਹ ਦੇਖੀ ਤੇ ਜਦੋਂ ਅੱਗੇ ਤੁਰੇ ਤਾਂ ਫਤਿਹਗੜ੍ਹ ਸਾਹਿਬ ਹੈ ਫਤਿਹਗੜ੍ਹ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦਾ ਸਾਰਾ ਸ਼ਹੀਦੀਆਂ ਉਹ ਹੁੰਦੀਆਂ ਦੇਖੀਆਂ
ਤੇ ਅੱਖਾਂ ਬੰਦ ਕਰਕੇ ਮਾਤਾ ਜੀ ਅੱਖਾਂ ਬੰਦ ਕਰਦੇ ਨੇ ਤੇ ਦੇਖਦੇ ਨੇ ਕਿ ਅਸਲੀ ਹੈ ਕਿ ਸੁਪਨਾ ਹੈ। ਜਦੋਂ ਅੱਖਾਂ ਬੰਦ ਕਰਨ ਤਾਂ ਦੇਖਦੇ ਨਹੀਂ ਤਾਂ ਜਿਵੇਂ ਅਸਲੀ ਹੁੰਦਾ ਹੈ ਹੁੰਦਾ ਤੇ ਜਾ ਕੇ ਕਰਮਿੰਦਰ ਮਹਾਰਾਜ ਦੇ ਚਰਨਾਂ ਦੇ ਨਮਸਕਾਰ ਕੀਤੇ ਸ਼੍ਰੀ ਜਿੱਥੇ ਧਿਆਨ ਟਿਕੇ ਤੇ ਸੱਚ ਦਿਖਣ ਲੱਗਿਆ। ਇਹ ਯੋਗੀਆਂ ਨੂੰ ਵੀ ਅਵਸਥਾ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਸ਼ਹੀਦਾਂ ਦੀ ਮਾਂ ਹੈ, ਸਾਡੇ ਨਾਲ ਸਭ ਜੁੜਿਆ ਹੈ। ਸੋ ਇਹ ਅਵਸਥਾ ਤੈਨੂੰ ਪ੍ਰਾਪਤ ਹੁੰਦੀ ਹੈ, ਇਹ ਸੁਪਨਾ ਨਹੀਂ, ਇਹ ਸੱਚੀ ਅਵਸਥਾ। ਮਹਾਰਾਜ ਜੀ ਸੱਚਾ ਇਹ ਸੱਚ ਇਵੇਂ ਵਾਪਰੇਗਾ? ਕਹਿੰਦੇ ਹਾਂ, ਸਮਾਂ ਆਉਣਾ ਜਦੋਂ ਸਮੇਂ ਦੇ ਪਰਦਾ ਚੁੱਕਣਾ, ਹਰ ਗੱਲ ਸਮੇਂ ਦੇ ਆਉਣ ਨਾਲ ਇਵੇਂ ਵਾਪਰਦੀ ਜਾਵੇ, ਇਵੇਂ ਵਾਪਰੇਗੀ। ਮਾਤਾ ਜੀ ਕਹਿਣ ਲੱਗੇ ਵੀ ਪਤੀ, ਤੁਸੀਂ ਸਮਰੱਥ ਹੋ, ਇਹ ਗੱਲ ਨੂੰ ਟਾਲਦੇ ਹੋ, ਟਾਲ ਸਕਦੇ ਹੋ ਤਮਾਸ਼ਾ ਦੇਖਣ ਆਇਆ ਜਗਤ। ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨ ਆਇਆ। ਜੋ ਵਾਹਿਗੁਰੂ ਦਾ ਭਾਵਨਾ ਹੈ ਬਾਬਾ ਜੀ। ਪਤਾ ਸੀ ਬਾਬਾ ਨੂੰ ਸਾਰਾ ਨੇਪਾਲ ਵਾਲੇ ਪਾਸੇ ਬਾਬਾ ਖੁਦਾ ਸਿੰਘ ਚਲੇ ਗਏ,
ਤੇ ਉਹ ਫੇਰ ਆ ਕੇ ਮੁੜ ਕੇ ਜਦੋਂ ਪਤਾ ਪਤਾ ਲੱਗਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜਿਹੜਾ ਨਾਸ ਹੋ ਗਿਆ ਡੋਗਰਾਂ ਨੇ ਨਾਸ ਕਰ ਦਿੱਤਾ ਕਿਤੇ ਕਿਸੇ ਨੇ ਦੱਸ ਦਿੱਤਾ ਵੀ ਆਹ ਗੱਲ ਹੋ ਗਈ ਬਾਬਾ ਜੀ ਨੇ ਬਚਨ ਬੋਲਿਆ ਗਿਆ ਵੀ ਕਿ ਹੁਣ ਲੋਕ ਜਿਹੜਾ ਲੋਕਾ ਸੁਹਾਗਾ ਹੈ ਜਿਹੜਾ ਵਧਣ ਵਾਲਾ ਸੁਹਾਗਾ ਨਹੀਂ ਰਾਜ ਦੇ ਚੱਲਣਾ ਚਾਹੀਦਾ ਉਹ ਸਾਹ ਦੇ ਹੋਰ ਵਰਣ ਕਰਕੇ ਜਿਹੜੇ ਰਾਜ ਨੂੰ 60 ਸਾਲ ਲੱਗੇ ਬਣਨ ਨੂੰ ਉਹ 5-6 ਸਾਲਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਧੁਰਾ ਜੀ ਨੂੰ ਇਹੋ ਜਿਹੇ ਸਾਹ ਦੇ ਬੋਲ ਸੋ ਇਹ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਘਟਨਾ ਇਹ ਜਿਹੜੀ ਕਥਾ ਆਪ ਸੰਸਾਰਨ ਕਰ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਦੀ ਹੈ ਸੋ ਮਾਤਾ ਜੀ ਨੇ ਸਾਰਾ ਕੁਛ ਸਤਿਗੁਰੂ ਨੇ ਦਰਸਾ ਦਿੱਤਾ ਤੇ ਮਾਤਾ ਜੀ ਕਹਿਣਗੇ ਵੀ ਮੇਤੇ ਇਹ ਗੁਰਪਤੀ ਦੇਖ ਨਹੀਂ ਹੁਣ ਤੇ ਸਤਿਗੁਰੂ ਜੀ ਕਹਿਣਗੇ ਵੀ ਤੁਹਾਡੀ ਅਵਸਥਾ ਐਸੀ ਹੈ ਹੁਣ ਜੇ ਦੇਖ ਨਹੀਂ ਸਕਦੇ ਤੁਸੀਂ ਤੁਸੀਂ ਸਵੈ ਸ਼ਬਦ ਸਰੀਰ ਹੈ ਆਪਣਾ ਛੱਡ ਸਕਦੇ ਕਿਉਂਕਿ ਜਿਹਦੇ ਕੋਲ ਬ੍ਰਹਮ ਗਿਆਨ ਆ ਜਾਵੇ ਜਿਹਦੇ ਕੋਲ ਗੁਰੂ ਦੀ ਪ੍ਰਸੰਨਤਾ ਆ ਜਾਵੇ ਉਹ ਜਦੋਂ ਮਰਜ਼ੀ ਸਰੀਰ ਨਹੀਂ ਸਕਦਾ ਮਾਤਾ ਜੀ ਨੇ ਕਿਹਾ ਮੈਂ ਦੇਖ ਮੈਂ ਨਹੀਂ ਇਹ ਦੇਖ ਸਕਦੀ ਮਾਤਾ ਜੀਤੋ ਜੀ ਦੇ ਸਰੀਰ ਹੈ ਜਿਹੜਾ ਇਹ ਸਾਰੇ ਘਟਨਾ ਕਰਨ ਤੋਂ ਇਹ ਸਾਰੀ ਸਰੀਰ ਦੀ ਪਹਿਲਾਂ ਸਰੀਰ ਹੋਇਆ ਸੋ ਉਹ ਅਵਸਥਾ ਹੈ ਜਿਹੜੀ ਉਹ ਦੱਸਦੇ ਹਨ ਮਾਤਾ ਨਾਨਕੀ ਜੀ ਉਹ ਕਹਿੰਦੇ ਬਹਾਦਰ ਮੇਰੇ ਪੁੱਤਰ ਨੇ ਆਪਣੇ ਦਾਦੇ ਪੜਦਾਦੇ ਦਾ ਜਿਹੜਾ ਕੰਮ ਕੀਤਾ ਸੀ ਉਹਨੂੰ ਹੀ ਦਰਸਾ ਦਿੱਤਾ ਜਨਨੀ ਮਿਟ ਗਈ ਸੁਧ ਜਗੁਨ ਸਾਸ ਮੁਕਾਬਤ ਲਹਿਓ ਕਰਾਤ ਜਦੋਂ ਮਾਤਾ ਗੁਜਰੀ ਨੂੰ ਪਤਾ ਲੱਗਿਆ ਕਿ ਸਾਹਿਬਜ਼ਾਦੇ ਨੇ ਧਰਤੀ ਦੇ ਉੱਤੇ ਆ ਕੇ ਬੈਠ ਗਏ ਨੇ ਮਾਤਾ ਗੁਜਰੀ ਕੋਲ ਆ ਗਏ ਤੇ ਮਾਤਾ ਨਾਨਕੀ ਕੋਲ ਆ ਗਏ ਪੁੱਤਰ ਜੀ ਇਹ ਕੀ ਗੱਲ ਹੋਇਆ ਨਾਲ ਜੀ ਇਹ ਕੀ ਗੱਲ ਹੋਈ ਜਾਨੀ ਗਤ ਜਗ ਗੁਰੂ ਬਿਕੁੰਠਾ ਤਨ ਕੋ ਤਿਆਗ ਗਏ ਮਨ ਜੀ ਮਨ ਦੇ ਵਿੱਚ ਜੀਨ ਦੇ ਪਛਾਣ ਲਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਵਿੱਚ ਸਰੀਰ ਨੂੰ ਛੱਡ ਗਏ ਤਾਂ ਧਰਨੀ ਪਰ ਵਿਥਿਰਸਤ ਹੋਵਾ ਮਹਾਂਵਿਕਾਰ ਵਜੇ ਨਹਿਕੀਨ ਸੋ ਸਾਰੇ ਹੀ ਜਿਹੜੇ ਸਨ ਧਰਤੀ ਦੇ ਉੱਤੇ ਆ ਕੇ ਬਹਿ ਗਏ ਦਾਦੀ ਵੀ ਮਾਤਾ ਵੀ ਤੇ ਦਾਦੀ ਵੀ ਉਹ ਵੀ ਆ ਕੇ ਕੋਲ ਬਹਿ ਗਏ ਵੀ ਇਹ ਸਾਹਿਬਜ਼ਾਦੇ ਨੇ ਕੀ ਵਚਨ ਕਰ ਦਿੱਤਾ ਦਾਸੀ ਦਾਸ ਦੇ ਦੁੱਖ ਪ੍ਰਾਪਤ ਉੱਚੇ ਰੂਪ ਦੇ ਸ਼ੋਕਤ ਮੰਨ ਲਈ ਜਿਹਨੀ ਸਿੱਖ ਸੰਗਤ ਸੀ ਉਹ ਸਾਰੀ ਦੇਖ ਕੇ ਸ਼ੋਕ ਦੇ ਵਿੱਚ ਡੁੱਬ ਗਏ ਗੁਰੂ ਤੇਗ ਬਹਾਦਰ ਮਹਾਰਾਜ ਦੀ ਖਬਰ ਹੈ ਅੱਜ ਤਾਂ ਦੋ ਘੋੜ ਸਵਾਰ ਨੇ ਪਹਿਲਾਂ ਭੇਜੇ ਹੋਏ ਨੇ ਸਤਿਗੁਰੂ ਦੇ ਨਿੱਟ ਬੈਠਣ ਵਾਲਿਆਂ ਨੂੰ ਖਬਰ ਪਹਿਲਾਂ ਹੀ ਮਿਲ ਗਈ ਗੁਰੂ ਪਾਤਸ਼ਾਹ ਨੇ ਆਪ ਰਚ ਦਿੱਤਾ ਮਹਾਰਾਜ ਹਮ ਕੌਣ ਸੰਭਾਲਦਾ ਆਪ ਅਲਾ ਪੁੱਤਨੀ ਅਧੀਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਜੇ ਬਾਗ ਦੇ ਵਿੱਚ ਨੇ ਸਾਰੀ ਸੰਗਤ ਅੱਗੇ ਉਰਾਸ ਕਰਦੀ ਹੈ ਵੀ ਤੁਸੀਂ ਸਾਡਾ ਆਸਰਾ ਹੋ ਸਾਨੂੰ ਕੌਣ ਸੰਭਾਲੇਗਾ ਗੁਰੂ ਤੇਗ ਬਹਾਦਰ ਮਹਾਰਾਜ ਛੱਡ ਗਏ ਨੇ ਗੁਰਹਿਤ ਸ਼ੋਕ ਬਿਲਾਪ ਨਾ ਕੀਜੈ ਸ਼ੋਕ ਸ਼ਬਦ ਮਹਿਲ ਮੈਂ ਹੋਊਗਾ ਸੁਣ ਕਰ ਸਤਿਗੁਰ ਦਾਸ ਬੁਲਾਏ ਜਿਹੜੀਆਂ ਬੀਬੀਆਂ ਹਨ ਇਹਨਾਂ ਦਾ ਦਿਲ ਹੌਲਾ ਹੁੰਦਾ ਦੇਖ ਕੇ ਮੌਤ ਨੂੰ ਦੇਖ ਕੇ ਬੜੀ ਛੇਤੀ ਘਬਰਾ ਲੈਂਦੇ ਸਤਿਗੁਰ ਨੇ ਮਹਿਲ ਸਨ ਜਿਹੜੇ ਉਹਨਾਂ ਦੇ ਵਿੱਚ ਸੁਨੇਹਾ ਭੇਜ ਦਿੱਤਾ ਵੀ ਰੋਵੇ ਕਿਸੇ ਨੇ ਨਹੀਂ ਸ਼ੋਕ ਕਰਨਾ ਕਿਸੇ ਨੇ ਰੋਣਾ ਗੁਰਹਿਤ ਸ਼ੋਕ ਬਿਲਾਪ ਨਾ ਕੀਜੈ ਗੁਰੂ ਤੇਗ ਬਹਾਦਰ ਤੇਰੇ ਗੁਰੂ ਪਿਤਾ ਖਾਤਰ ਕੋਈ ਸ਼ੋਕ ਨਾ ਕਰੇ ਕੋਈ ਬਿਲਾਪ ਨਾ ਕਰੇ ਸਿਮਰੋ ਪ੍ਰਭ ਕੇ ਸੁਣਾਏ ਸੁਤੰਤਰ ਹੋਏ ਨੇ ਉਹ ਜਦੋਂ ਚਾਹੁਣ ਸੰਸਾਰ ਵਿੱਚ ਆ ਸਕਦੇ ਨੇ ਜਦੋਂ ਚਾਹੁਣ ਜਾ ਸਕਦੇ ਨੇ ਉਹਨਾਂ ਦਾ ਜਨਮ ਮਰਨ ਹੈ ਨਹੀਂ ਜਿਹੜਾ ਜਨਮ ਮਰਨ ਦੇ ਵਿੱਚ ਨਹੀਂ ਉਹਦੇ ਖਾਤਰ ਰੋਣਾ ਨਹੀਂ ਜਨਮ ਮਰਨ ਦੋ ਮੈਂ ਨਹੀਂ ਜਨ ਪਰ ਪਕਾਰ ਹੈ
ਸੋ ਪਰਉਪਕਾਰ ਖਾਤਰ ਜਿਹੜਾ ਸੰਸਾਰ ਦੇ ਵਿੱਚ ਆਉਂਦਾ ਜਿਵੇਂ ਬੱਦਲ ਆਉਂਦਾ ਪਰਉਪਕਾਰ ਖਾਤਰ ਧਰਤੀ ਦੇ ਉੱਤੇ ਮੀਂਹ ਪਾਉਂਦਾ ਮੀਂਹ ਪਾਉਣ ਤੋਂ ਬਾਅਦ ਫਿਰ ਆਕਾਸ਼ ਦੇ ਵਿੱਚ ਲੋਕ ਹੋ ਜਾਂਦੇ ਇਵੇਂ ਜਿਹੜੇ ਮਹਾਂਪੁਰਖ ਸੰਸਾਰ ਦੇ ਵਿੱਚ ਉਹ ਆਉਂਦੇ ਹਨ ਆ ਕੇ ਪਰਉਪਕਾਰ ਕਰਕੇ ਇਸ ਧਰਤੀ ਤੋਂ ਫਿਰ ਅਲੋਪ ਹੋ ਜਾਂਦੇ ਪਰਉਪਕਾਰ ਹੇ ਤਨ ਧਾਰੈ ਜਿੰਦਾ ਮੈਂ ਧਨ ਹੋਏ ਬਿਦਤਾ ਕਰ ਵਰਖਾ ਸੁਖ ਦੇ ਕਰ ਜਾ ਕੋ ਕੋਨ ਆਕਾਸ਼ ਮੈਂ ਲੈ ਹੋ ਜਾਏ ਤੈਨੂੰ ਤਨ ਗੁਰ ਸੁਤੰਤਰ ਹੋਏ ਧਾਰੈ ਕੁਦਰਤੀ ਤਰ੍ਹਾਂ ਸੁਤੰਤਰ ਹੋ ਕੇ ਤਨ ਨੂੰ ਧਾਰਨ ਕਰਦੇ ਨੇ ਸਿੱਖ ਸੇਵਕ ਕੇ ਬਣੇ ਸਹਾਇ ਜਿੰਨੇ ਸਿੱਖ ਹਨ ਸੇਵਕ ਬਣ ਕੇ ਰਹਿੰਦੇ ਹਨ ਸੇਵਾ ਕਰਦੇ ਨੇ ਗੁਰੂ ਦੀ ਸਾਰਿਆਂ ਦੀ ਗੁਰੂ ਪਾਤਸ਼ਾਹ ਸਹਾਇਤਾ ਕਰਦੇ ਨੇ ਸਾਰਿਆਂ ਨੂੰ ਆਸਰਾ ਬਖਸ਼ਦੇ ਹਨ ਗਿਆਨ ਭਗਤ ਉਪਦੇਸ਼ ਕਰਕੇ ਸ਼ੁਭ ਮਾਰਗ ਮੈਂ ਜਗਤ ਲਗਾਏ ਸਾਰੇ ਜਗਤ ਨੂੰ ਗੁਰੂ ਪਾਤਸ਼ਾਹ ਆ ਕੇ ਸ਼ੁਭ ਮਾਰਗ ਦੇ ਉੱਤੇ ਜਾਂਦੇ ਹਨ ਭਲੇ ਪਾਸੇ ਲਾ ਕੇ ਜਾਂਦੇ ਹਨ ਹੁਣ ਸੁਜੰਦ ਪ੍ਰਲੋਕ ਸਧਾਰਨ ਤਿੰਨ ਕਾਰਨ ਕਿਮ ਸ਼ੋਕ ਹੋ ਪਾਏ ਸੋ ਸਵਾਲ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਜਿਹੜੇ ਇੰਨਾ ਪਰਉਪਕਾਰ ਕਰਕੇ ਧਰਤੀ ਤੇ ਚਲੇ ਜਾਂਦੇ ਹਨ ਦੱਸੋ ਭਾਈ ਤੁਸੀਂ ਉਸ ਗੁਰੂ ਖਾਤਰ ਸ਼ੋਕ ਕਿਉਂ ਕਰਦੇ ਹੋ ਰੋਂਦੇ ਕਿਉਂ ਹੋ ਅਫਸੋਸ ਕਿਉਂ ਕਰਦੇ ਹੋ ਨਾਮ ਚਾਲੋ ਜਨਮ ਸੁਧਾਰੋ ਕਸ਼ਟ ਨਾ ਧਾਰੋ ਜਨਮ ਸੁਧਾਰੇ ਕੋਈ ਕਸ਼ਟ ਨਾ ਮੰਨੋ ਕੋਈ ਦੁੱਖ ਨਹੀਂ ਮਨਾਉਣਾ ਕਿਸੇ ਨੇ ਰੋਣਾ ਨਹੀਂ ਕਿਸੇ ਨੇ ਕੀ ਕੰਨ ਮਾਰਨੀ ਕੰਨ ਮਾਰਨੀਆਂ ਉਹਨਾਂ ਦੀ ਜਿਹੜੀ ਬਾਣੀ ਹੈ ਉਹਨੂੰ ਪੜ੍ਹ ਕੇ ਤੁਹਾਨੂੰ ਧੀਰਜ ਪ੍ਰਾਪਤ ਹੋਵੇਗਾ ਆਨੰਦ ਪ੍ਰਾਪਤ ਹੋਵੇਗਾ ਸੁਣ ਕੇ ਬਾਤ ਹਟੇ ਸਭ ਰੋਗ ਹੋਏ ਦੂਸ਼ਣ ਦੁਰਗਿਆ ਧਰਾਏ ਯੁਗ ਸਵਾਰ ਪ੍ਰਖਾਵਰ ਕਹਿੰਦੇ ਆਵ ਹੈ ਸਿੱਖ ਮਿਲੋ ਰੁਕਵਾਏ ਸੋ ਮਹਾਰਾਜ ਨੇ ਸਾਰਿਆਂ ਨੂੰ ਚੁੱਪ ਕਰਾ ਦਿੱਤਾ ਦੋ ਸਵਾਰ ਭੇਜੇ ਹੋਏ ਨੇ ਉਹਨਾਂ ਨੂੰ ਹੁਕਮ ਕਰਕੇ ਤੁਸੀਂ ਜਦੋਂ ਖਬਰਾਂ ਵਿੱਚ ਸਾਨੂੰ ਲਿਆ ਦੇਣਾ ਇੱਕ ਮੰਜ਼ਲ ਗਾਇਬ ਰੋਕਿਓ ਗੁਰਸਿਰ ਵਸਤਰ ਲਪੇਟੇ ਜਾ ਸੋ ਉਹ ਜਿਹੜੇ ਗੁਰਮੁਖ ਸਨ ਵਸਤਰਾਂ ਦੇ ਵਿੱਚ ਸਿਰ ਸੀ ਸਤਿਗੁਰੂ ਜੀ ਦਾ ਲਪੇਟਿਆ ਹੋਇਆ ਉਹ ਦੂਰੋਂ ਆਉਂਦੇ ਦਿਖ ਪਏ ਆਪਣੇ ਸੀ ਸੁਰਖਾਵਣ ਕੀਨਸ ਇਹ ਤੋਂ ਤੁਪਿਕ ਸਤਰਾਸ ਵਿਸਾਲ ਸੋ ਸਾਰੇ ਰਸਤੇ ਦੇ ਵਿੱਚ ਉਹ ਸਤਿਗੁਰੂ ਦਾ ਆਵਿਸਤਕਾਰ ਨਾਲ ਧਿਆਨ ਧਰਦੇ ਹੋਏ ਆਏ ਇਸ ਗੱਲ ਦਾ ਭੈ ਵੀ ਸੀ ਕਿ ਸਾਡੇ ਸੀਸ ਸੀਸ ਦੇ ਉੱਤੇ ਗੁਰੂ ਪਾਤਸ਼ਾਹ ਦਾ ਸੀਸ ਲਿਆ ਹੋਇਆ ਪਤਾ ਨਹੀਂ ਉੱਥੇ ਪਹੁੰਚਾਂਗੇ ਕਿ ਨਹੀਂ ਮੁਗਲ ਫੌਜਾਂ ਜਿਹੜੀਆਂ ਹਨ ਉਹ ਪਿੱਛਾ ਕਰ ਰਹੀਆਂ ਕੀ ਬਣੇਗਾ ਕੀਮ ਚਿਨਾਰ ਮਿਲੇ ਕਰਬੰਧਨ ਕਹੋ ਸਤਿਗੁਰੂ ਕੀ ਜਥਾ ਪ੍ਰਕਾਰ ਸੌਂਕਣ ਭਰੀ ਮੋਹਰ ਢਿੱਲੂ ਗੁਰਸਿਰ ਕਿਹੋ ਅਨੰਦਪੁਰ ਲੈ ਕਰ ਗਿਆ ਜਿਹੜੇ ਸਿੱਖ ਸਨ ਜਦੋਂ ਉਹਨਾਂ ਨੇ ਦੇਖ ਲਿਆ ਦਰਸ਼ਨ ਕਰ ਲਏ ਉਹਨਾਂ ਸਿੱਖਾਂ ਦੇ ਉਹਨਾਂ ਨੇ ਉਸੇ ਵਕਤ ਬੇਨਤੀ ਕੀਤੀ ਵੀ ਸਾਨੂੰ ਛੇਤੀ ਖਬਰ ਦਿਓ ਉਹ ਕਹਿੰਦੇ ਵੀ ਛੇਤੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਲੈ ਚਲੋ ਉੱਥੇ ਜਾ ਕੇ ਸਾਰਾ ਦਿੱਤਾਂਤ ਤੁਹਾਨੂੰ ਸੁਣਾ ਦੇਵਾਂਗੇ ਤੁਮ ਕਿਤ ਜਾਹੋ ਹਟੋ ਪਾਛੇ ਬੀਤੀ ਤਿਮ ਜਹ ਗੁਰ ਸਪਾਦ ਗਮਣੋ ਤੂਰਨ ਦੇਹੋ ਸਦਨ ਸੁਧ ਪੁਨ ਪੈ ਪਨੋ ਆਏ ਸਭ ਬਾਤ ਕੀਰਤਪੁਰ ਮੈਂ ਠਹਿਰਨ ਕਰਹੋ ਬਿੰਦ ਬਿੰਦ ਦੇਹਰੇ ਗੁਰ ਸੋਡੀਨ ਆਗੇ ਗੁਰ ਇੱਛਾ ਦੀ ਹੋਵੇ ਤਿਮ ਵਰਤੈ ਆਛੀ ਮੰਚੀ ਜਿਹਦੇ ਸਿੱਖ ਲੈ ਕੇ ਆਏ ਸਨ ਉਹ ਤੇ ਸੰਗਤ ਬੜੀ ਇਕੱਠੀ ਹੋ ਗਈ ਸੋ ਉਹ ਕਹਿੰਦੇ ਵੀ ਜਿਹਨੇ ਸੋਢੀ ਅਨਸੋਢੀ ਸਾਰੇ ਇੱਥੇ ਰਹਿੰਦੇ ਹਨ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਕੇ ਸੀਸ ਹੈ ਜਿਹੜਾ ਸਾਰੀ ਸਿੱਖ ਸੰਗਤ ਕਹਿਣ ਲੱਗੀ ਕਿ ਇੱਥੇ ਸੋਢੀਆਂ ਦਾ ਥਾਂ ਹੈ ਇੱਥੇ ਸੰਸਕਾਰ ਇੱਥੇ ਹੋਣਾ ਚਾਹੀਦਾ ਹੈ ਸੋ ਇਹ ਸੰਗਤ ਦੇ ਵਿੱਚ ਗੱਲ ਚੱਲਦੀ ਹੈ ਗੁਰ ਆਗੇ ਗੁਰ ਇੱਛਾ ਜਿਵੇਂ ਹੋਵੇ ਤੇ ਵਰਤੈ ਆਛੀ ਮੰਚੀ ਅੱਗੇ ਜਿਹੜੀ ਇੱਛਾ ਗੁਰੂ ਦੀ ਜਿਵੇਂ ਹੋਵੇ ਉਵੇਂ ਵਰਤੇ ਸੋ ਦੋਨੋਂ ਬਿਰਤਾਂਤ ਅੱਡੇ ਤੱਕ ਗਮਨੇ ਅਨੰਦਪੁਰ ਮੰਗ ਲਈ ਸੋ ਇਹ ਗੱਲ ਕਹਿ ਕੇ ਉਹ ਅਨੰਦਪੁਰ ਸਾਹਿਬ ਨੂੰ ਸਾਰੀ ਸੰਗਤ ਨੂੰ ਤੋਰ ਲਿਆ ਸ਼ੀਘਰ ਕਰ ਸਭ ਪੰਥਾਂ ਲੰਘੇ ਬੜੇ ਸਦਨ ਹੈ ਬੰਧਨ ਕੀਨ ਗੁਰ ਢਿੱਲ ਪਹੁੰਚ ਬੰਧਨਾ ਠਾਨੀ ਬਰਨਿਓ ਦਿੱਲੀ ਕੇਰ ਬਿਰਤੰਤ ਸੁਣ ਕਰ ਸ਼ੋਕ ਮਾਨ ਸਭ ਹੋਇਆ ਕਰ ਨੀਰ ਬਲੋਚਨ ਤੇ ਵਿਚੜਨ ਸੋ ਅੰਦਰ ਚਲੇ ਗਏ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਜਾ ਕੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਅੱਖਾਂ ਦੇ ਵਿੱਚੋਂ ਨੀਰ ਹੈ ਜਿਹੜਾ ਸਿੱਖ ਲੈ ਕੇ ਭਾਈ ਜੈਤਾ ਲੈ ਕੇ ਆਇਆ ਹੈ ਸੀਸ ਉਹਦੇ ਅੱਖਾਂ ਦੇ ਵਿੱਚੋਂ ਪਾਣੀ ਨਿਚੁੜ ਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਵਰਜੇ ਸਗਰੇ ਬ੍ਰਿੰਦ ਮਸੰਤ ਮਸੰਦਨ ਸੰਗ ਭਨੰਤ ਤਿਆਰੀ ਕਰੋ ਦਰਸ਼ ਤਰਪ ਗਨ ਕਰਚੋ ਬਣੇ ਬਿਮਾਨ ਅਧਿਕ ਬੁੱਧੀਮਾਨ ਸਤਿਗੁਰੂ ਪਾਤਸ਼ਾਹ ਨੇ ਆਉਂਦੇ ਹੀ ਇਹ ਹੁਕਮ ਕਰ ਦਿੱਤਾ ਕਿ ਬਿਮਾਨ ਸੁੰਦਰ ਬਣਨਾ ਚਾਹੀਦਾ ਜਿਹਦੇ ਵਿੱਚ ਸੀਸ ਲੈ ਕੇ ਜਾਣਾ ਹੈ ਸੰਸਕਾਰ ਦੇ ਲਈ ਬਹੁਤ ਸੁੰਦਰ ਬਿਮਾਨ ਬਣਨਾ ਚਾਹੀਦਾ ਚੰਦਨ ਦੀਆਂ ਲੱਕੜੀਆਂ ਇਕੱਠੀਆਂ ਕਰਨ ਦੇ ਹੁਕਮ ਦੇ ਦਿੱਤਾ ਸੋ ਤਿਆਰੀ ਕਰੋ ਜਿੰਨਾ ਖਰਚ ਹੁੰਦਾ ਉਹ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਜਾਵੇਗਾ ਕੰਚਨ ਪੁਸ਼ਪ ਆਦਿ ਸਭ ਕਰੀਏ ਸੋਨੇ ਤਿਰੰਗੇ ਪੁਸ਼ਪਾਂ ਜਿਹੜਾ ਸੋਨਾ ਵੀ ਮਹਾਰਾਜ ਨੇ ਵਾਰਿਆ ਮਹਾਰਾਜ ਦੇ ਸੀਸ ਦੇ ਉੱਤੋਂ ਧਨ ਵੀ ਬੇਅੰਤ ਵਾਰਿਆ ਪੂਲਣ ਕੀ ਮਾਲਾ ਗਨ ਸਿਰ ਜੋ ਪਸ਼ਮ ਅੰਬਰ ਲਿਓ ਮੋਰ ਵਿਸਾਲ ਪਸ਼ਮੀਨੇ ਦੇ ਕੱਪੜੇ ਸੁੰਦਰ ਜਿਹੜੇ ਹਨ ਫੁੱਲਾਂ ਦੀ ਮਾਲਾ ਦੁੱਧ ਦੁੱਧ ਕੇ ਉਹ ਤਿਆਰ ਕਰਕੇ ਸਾਰੀਆਂ ਰੱਖ ਦਿੱਤੀਆਂ
ਸੰਬੰਧਨ ਕਰੋ ਸਕੇਲਨ ਜਬ ਤਿਲ ਕ੍ਰਿਤ ਸੰਜੀ ਅਜਾਲ ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਇਕੱਠੀਆਂ ਕਰੋ ਅਨੇਕਾਂ ਤਰ੍ਹਾਂ ਦੇ ਸੁਗੰਧਿਤ ਤੇਲ ਹਨ ਉਹ ਇਕੱਠੇ ਕਰੋ ਸੁਣ ਕਰ ਹੁਕਮ ਪ੍ਰਖਾਏ ਨਰਗਨ ਬੜੇ ਲਗਨ ਤੇ ਅਨੁਭਾਲ ਸਾਰੇ ਤਿਆਰੀ ਦੇ ਹੁਕਮ ਦੇ ਦਿੱਤੇ ਵੀ ਜਿਹਨੇ ਵੱਡੇ ਵੱਡੇ ਨਗਰਾਂ ਤੋਂ ਜਿੱਥੋਂ ਵੀ ਉਹਨੇ ਜਿੰਨੀ ਛੇਤੀ ਹੋਵੇ ਇਹ ਸਮਾਨ ਸਾਰਾ ਇਕੱਠਾ ਕਰ ਲਓ ਇਹ ਪਿਆਰੀ ਸਤਿਗੁਰੂ ਕਰੀ ਸਰਵ ਭਾਰਤ ਕੀ ਜੋ ਹੈ ਉੱਤੇ ਲਈ ਕੀ ਪੂਰੇ ਪਹੁੰਚਿਓ ਸੋ ਕਿ ਉਹ ਸਤਿਗੁਰੂ ਜੀ ਦਾ ਸੀਸ ਉੱਥੇ ਕੀ ਉੱਪਰ ਸਾਰੇ ਪਹੁੰਚਿਆ ਤੇ ਅੱਗੋਂ ਸੀਸ ਦਾ ਸੰਸਕਾਰ ਕਿਵੇਂ ਹੁੰਦਾ ਜੋ ਜੋ ਵਚਨ ਮਾਤਾ ਨਾਨਕੀ ਨੇ ਸਰੀਰ ਦੇ ਦਰਸ਼ਨ ਕਰਕੇ ਸੀਸ ਦੇ ਦਰਸ਼ਨ ਕਰਕੇ ਕਹੇ ਉਹ ਦਿਲ ਹਰਾ ਦੇਣ ਵਾਲੇ ਮਾਤਾ ਗੁਜਰੀ ਨੇ ਜੋ ਵਚਨ ਕਹੇ ਉਹ ਦਿਲ ਹਰਾ ਦੇਣ ਵਾਲੇ ਸੋ ਜੋ ਜੋ ਸਿੱਖ ਸੰਗਤ ਮਹਿਸੂਸ ਕੀਤਾ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦੇ ਦਰਸ਼ਨ ਕਰਕੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੋਲ ਬੋਲੇ ਹਨ ਉਹ ਅਗਲੇ ਇਤਿਹਾਸ ਵਿੱਚ ਪੜ੍ਹਾਂਗੇ ਉਹ ਆਪਾਂ ਪੜ੍ਹਾਂਗੇ ਸੋ ਇਹ ਤੋਂ ਬਾਅਦ ਇਤਿਹਾਸ ਹੈ ਗੁਰੂ ਕਲਗੀਧਰ ਮਹਾਰਾਜ ਦਾ ਚੱਲ ਰਿਹਾ ਇੱਥੋਂ ਮਹਾਰਾਜ 1675 ਦੇ ਵਿੱਚ ਸ਼ਹੀਦੀ ਹੁੰਦੀ ਹੈ ਤਕਰੀਬਨ 24 ਸਾਲ ਮਹਾਰਾਜ ਸਮਾਧੀ ਦੇ ਵਿੱਚ ਹੀ ਰਹਿੰਦੇ ਚੁੱਪ ਹੀ ਰਹਿੰਦੇ ਇੰਨਾ ਲੰਬਾ ਸਮਾਂ ਪਹਾੜੀ ਦਾ ਜਦੋਂ ਹੋ ਜਾਂਦਾ ਪਹਿਲਾਂ ਅਤੇ ਇੰਨਾ ਸਮਾਂ ਚੁੱਪ ਰਹਿਣ ਤੋਂ ਬਾਅਦ ਫਿਰ ਜਿਹੜਾ ਖਾਲਸਾ ਹੈ ਫਿਰ ਖਾਲਸੇ ਦਾ ਸੰਕਲਪ ਮਹਾਰਾਜ ਦੇ ਅੱਗੇ ਅੰਦਰ ਪੈਦਾ ਹੁੰਦਾ ਅਤੇ ਉਸ ਖਾਲਸੇ ਨੂੰ 1699 ਦੇ ਵਿੱਚ ਮਹਾਰਾਜ ਨੇ ਪ੍ਰਕਾਸ਼ ਕੀਤਾ ਇੰਨਾ ਸਮਾਂ ਚੁੱਪ ਰਹਿ ਕੇ ਖਾਲਸੇ ਦੇ ਜਨਮ ਤੋਂ ਪਹਿਲਾਂ ਪ੍ਰਕਾਸ਼ ਤੋਂ ਪਹਿਲਾਂ ਮਹਾਰਾਜ ਇੰਨਾ ਸਮਾਂ ਚੁੱਪ ਰਹਿੰਦੇ ਸੀ ਇਹ ਇਤਿਹਾਸ ਸਾਰਾ ਇਹਦੇ ਵਿੱਚ ਆਵੇਗਾ ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਇਤਿਹਾਸ ਬੜੇ ਸਰਵ ਸੰਤੋਖ ਨਾਲ ਆਪ ਸਭ ਤੋਂ ਪਿੱਛੋਂ ਬੈਠ ਕੇ ਸੁਣਦੇ ਹੋ ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਮੇਰਾ ਕਰ ਇਹ ਪਾਵਨ ਇਤਿਹਾਸ ਜਿਉਂਦਾ ਜਾਗਦਾ ਇਤਿਹਾਸ ਸਤਿਗੁਰੂ ਜੀ ਦਾ ਸਾਡੇ ਹਿਰਦੇ ਅੰਦਰ ਵਸੇ ਅਤੇ ਅਰਦਾਸ ਹੈ ਸਤਿਗੁਰੂ ਦੇ ਚਰਨਾਂ ਵਿੱਚ ਕਿ ਜਿਹੋ ਜਿਹਾ ਇਤਿਹਾਸ ਰਚਿਆ ਗਿਆ ਹੈ ਇਹ ਜਿਉਂਦੇ ਜਾਗਦੇ ਪਾਤਰ ਹਨ ਸਿੱਖ ਹਨ ਜਿਹੜੇ ਉਹ ਜਿਹੇ ਵੀ ਸਾਨੂੰ ਵੀ ਆਵੇ ਸਾਡੇ ਹਿਰਦੇ ਅੰਦਰ ਇਹ ਸਿੱਖਿਆ ਵਸੇ ਉਹਨਾਂ ਦਾ ਕਰਨੀ ਆਓ ਪਤੇ ਬੁਲਾ ਕੇ ਆਸਰਾ ਮੰਗੀ ਗੁਰੂ ਚਰਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ